ਦੇਖੋ ਭਾਈ ਜੀ, ਮੈਂ ਸਭ ਤੋਂ ਪਹਿਲਾਂ ਇੱਕ ਗੱਲ ਸਪਸ਼ਟ ਕਰ ਦਿੰਦਾ ਕਿ ਮੈਂ ਪਹਿਲੇ ਦਿਨ ਤੋਂ ਲੈ ਕੇ ਇਸ ਮਸਲੇ ਨਾਲ ਜੁੜਿਆ ਹੋਇਆ ਤੇ ਕਾਫੀ ਜਿਹੜੀ ਅਸੀਂ ਜਾਂਚ ਪੜਤਾਲ ਉਸ ਮੁੰਡੇ ਬਾਰੇ ਇਸ ਬਾਰੇ ਕਾਫੀ ਅਸੀਂ ਜਿਹੜੀ ਜਾਣਕਾਰੀ ਉਹ ਇਕੱਠੀ ਕੀਤੀ ਹੈ ਤਾਂ ਮੈਂ ਹਮੇਸ਼ਾ ਇੱਕ ਗੱਲ ਬੋਲਿਆ, ਤੁਹਾਡੇ ਚੈਨਲਾਂ ਤੇ ਵੀ ਬੋਲਿਆ ਸੀ ਕਿ ਉਸ ਮੁੰਡੇ ਨੂੰ ਜਿਹੜਾ ਕੁੱਟ ਕੇ ਉਹਨੂੰ ਮਾਰਿਆ ਗਿਆ ਤੇ ਉਦੋਂ ਉਹਦੀ ਲਾਸ਼ ਬਾਅਦ ਖੁਰਦਬੁਰਦ ਕਰਤੀ, ਨਹਿਰ ਸਿੱਟਤੀ। ਪਰ ਕੱਲ ਅਸੀਂ ਇੱਕ CCTV ਫੁਟੇਜ ਦੇਖੀ ਹੈ ਜਿਹੜੀ ਲਗਾਤਾਰ ਅਸੀਂ ਇਹਨਾਂ ਦੇ ਸੰਪਰਕ 'ਚ ਬਣੇ ਹੋਏ ਸੀ। ਮੈਂ ਉਸ ਦਿਨ ਕਿਉਂ ਕਹਿ ਰਿਹਾ ਸੀ ਇਹ ਗੱਲ ਕਿ ਜਿਹੜੀ ਉਹਨੂੰ ਕੁੱਟ ਕੇ ਮਾਰਿਆ ਗਿਆ, ਜਿਸ ਦਿਨ ਪਹਿਲੇ ਦਿਨ SSP ਨੂੰ ਮਿਲੇ ਹਾਂ, ਪਹਿਲੇ ਦਿਨ SSP ਦੇ ਇਹ ਬਿਆਨ ਸੀਗੇ ਸਾਡੇ ਕੋਲ CI ਦੇ ਕੈਮਰੇ ਨੇ ਜਿਹੜੇ ਉਹ ਬੰਦ ਨੇ, ਉਹ ਖਰਾਬ ਸੀ, ਉਹ ਅਸੀਂ ਦਿਖਾ ਨਹੀਂ ਸਕਦੇ। ਤਾਂ ਮੇਰੇ ਵੀ ਮਨ 'ਚ ਇਹ ਸ਼ੰਕਾ ਸੀਗੀ ਕਿ ਯਾਰ ਜਿਹੜਾ SSP ਇਹ ਕਹਿ ਰਿਹਾ ਕਿ ਜਿਹੜੇ ਕੈਮਰੇ ਖਰਾਬ ਆ ਜਾਂ ਬੰਦ ਆ ਚੱਲਦੇ ਨਹੀਂ ਹੈਗੇ, ਤਾਂ ਇਹਨਾਂ ਨੇ ਕੁੱਟ ਕੇ ਮਾਰਿਆ ਹੋ ਸਕਦਾ। ਉਦੋਂ ਬਾਅਦ ਇੱਕ ਲਗਾਤਾਰ ਸੰਘਰਸ਼ ਚੱਲਿਆ, ਇੱਕ ਪ੍ਰੈਸ਼ਰ ਬਣਿਆ, ਦਬਾਅ ਬਣਿਆ ਪੁਲਿਸ 'ਤੇ। ਉਹ ਪਹਿਲਾਂ ਪਰਿਵਾਰ ਨੂੰ ਦਿਖਾਈ ਉਹਨਾਂ ਨੇ CCTV, ਫਿਰ ਤੁਹਾਨੂੰ ਪੱਤਰਕਾਰਾਂ ਨੂੰ ਵੀ ਦਿਖਾਈ ਉਹਨਾਂ ਨੇ। ਫਿਰ ਕੱਲ੍ਹ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਪੂਰੀ ਦਿਖਾਓ, 5.5 ਘੰਟੇ ਜਿਹੜੀ 6 ਘੰਟਿਆਂ ਦੇ ਕਰੀਬ ਉਹ CCTV ਫੁਟੇਜ ਜਿਹੜੀ ਵੀਡੀਓ ਰਿਕਾਰਡਿੰਗ ਹੈਗੀ ਆ, ਉਹ ਅਸੀਂ ਪੂਰਾ ਚੰਗੀ ਤਰ੍ਹਾਂ ਉਹਨੂੰ ਬੈਕ ਕਰਕੇ ਉਹਨੂੰ ਜ਼ੂਮ ਕਰਕੇ ਉਹ ਸਾਰਾ ਦੇਖਿਆ, ਅਤੇ ਉੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਉਹ ਮੁੰਡੇ ਨੇ ਖੁਦਕੁਸ਼ੀ ਕੀਤੀ। ਉਹ ਅਸੀਂ ਉਸ ਗੱਲ 'ਤੇ ਦੇਖੋ ਲੜਾਈ ਲੜੀ ਜਾਂਦੀ ਹੁੰਦੀ ਹਮੇਸ਼ਾ ਸੱਚਾਈ 'ਤੇ, ਅਤੇ ਸੱਚ 'ਤੇ ਹੀ ਲੜਾਈ ਲੜੀ ਜਾਊਗੀ। ਜੇ ਅਸੀਂ ਖੁਦਕੁਸ਼ੀ ਨੂੰ ਵੀ ਕਹੀ ਜਾ ਕੇ ਕਤਲ ਹੋਇਆ, ਉਹ ਠੀਕ ਨਹੀਂ। ਪਰ ਉੱਥੇ ਵੱਡੀ ਗਲਤੀ ਪੁਲਿਸ ਨੇ ਜਿਹੜੀ ਕੀਤੀ ਹੈ, ਖੁਦਕੁਸ਼ੀ ਠੀਕ ਆ ਉਹਨੇ ਮੁੰਡੇ ਨੇ ਕਰ ਲਈ, ਤਾਂ ਪੁਲਿਸ ਦੀ ਜਿਹੜੀ ਕਾਰਵਾਈ 174 ਵਗੈਰਾ ਦੀ ਕਰਕੇ ਲਾਸ ਜਿਹੜੀ ਵਾਰਸਾਂ ਦੇ ਹਵਾਲੇ ਕਰਦੀ, ਉੱਥੇ ਪੁਲਿਸ ਨੇ ਵੱਡੀ ਕੁਤਾਹੀ ਕੀਤੀ ਕਿ ਇੱਕ ਬੇਕਸੂਰ ਮੁੰਡੇ ਨੂੰ ਚੱਕ ਕੇ ਲਿਆ ਕੇ ਉਹਦੀ ਪੁਲਿਸ ਹਿਰਾਸਤ 'ਚ ਮੌਤ ਹੋ ਜਾਂਦੀ ਹੈ, ਉਹਦੀ ਲਾਸ਼ ਨੂੰ ਇਹ ਨਹਿਰ ਸਿੱਟ ਦਿੰਦੇ ਆ। ਪਹਿਲੀ ਵੱਡੀ ਗਲਤੀ ਜਿਹੜੀ ਉਹ ਪੁਲਿਸ ਦੇ, ਮੈਨੂੰ ਲੱਗਦਾ ਜੋ ਪੁਲਿਸ ਦੀ ਇਸ ਟਾਈਮ ਸਟ੍ਰੈਟਜੀ ਆ, ਜੋ ਪੁਲਿਸ ਸੋਚ ਰਹੀ ਆ ਕਿ ਪਹਿਲੀ ਗਲਤੀ ਅਸੀਂ ਵੱਡੀ ਕਰ ਲਈ ਲਾਸ਼ ਨੂੰ ਖੁਰਦਬੁਰਦ ਕਰਕੇ, ਹੁਣ ਉਹ ਗਲਤੀ ਨਹੀਂ ਕਰਨਾ ਚਾਹੁੰਦੇ ਲਾਸ਼ ਨੂੰ ਲੱਭ ਕੇ। ਹੁਣ ਇਹ ਵੀ ਸੁਣਨ 'ਚ ਆਇਆ ਕਿ ਉਹਦੀ ਲਾਸ਼ ਨਾ ਕੁਛ ਬੰਨ ਕੇ ਸਿੱਟੀ ਗਈ ਹੋ ਸਕਦੀ ਹੈ, ਉਹਦੀ ਲਾਸ਼ ਨੂੰ ਢਿੱਡ ਨੂੰ ਪਾੜ ਕੇ ਸਿੱਟਿਆ ਹੋ ਸਕਦਾ, ਜਿਸ ਕਰਕੇ ਅੱਜ 10-11 ਦਿਨ ਹੋ ਗਏ ਲਾਸ਼ ਮਿਲ ਨਹੀਂ ਰਹੀ। ਸੋ ਇਹ ਇੱਕ ਸਵਾਲ ਜਿਹੜਾ, ਕੱਲ੍ਹ IG ਨਾਲ ਵੀ ਮੀਟਿੰਗ ਹੋਈ ਆ, IG ਨਾਲ ਜਿਹੜੀਆਂ ਗੱਲਾਂ ਸਾਡੀਆਂ ਹੋਈਆਂ ਨੇ, ਅਸੀਂ ਉੱਥੇ ਇੱਕ ਵੀ ਸਵਾਲ ਰੱਖਿਆ ਸੀ ਕਿ 364 ਦਾ ਮੁਕੱਦਮਾ ਬਣਦਾ, 306 ਨਹੀਂ, ਕਿਉਂਕਿ ਜਦੋਂ ਬੇਕਸੂਰ ਜਿਹਦੇ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਉਹਨੂੰ ਪੁਲਿਸ ਚੱਕ ਕੇ ਲਿਆਉਂਦੀ ਹੈ ਤਾਂ ਚੱਕ 64 ਬਣਦੀ ਹੈ, 364 364 ਦੇ ਨਾਲ 120 ਵੀ ਅਤੇ 201 ਲਾਸ਼ ਨੂੰ ਖੁਰਦਬੁਰਦ ਕਰਨ ਦੀ ਸਾਜਿਸ਼ ਦੇ ਅਧੀਨ। ਅਤੇ ਇਹਦੇ ਨਾਲ ਅਸੀਂ ਇਹ ਵੀ ਸਵਾਲ ਰੱਖੇ ਸੀਗੇ ਕਿ ਜਿਹੜੇ 2 ਤੁਸੀਂ ਪੁਲਿਸ ਮੁਲਾਜ਼ਮ ਨਾਮਜ਼ਦ ਕੀਤੇ ਆ, ਜਿਹੜੇ ਬਾਕੀ ਪੁਲਿਸ ਮੁਲਾਜ਼ਮ ਉੱਥੋਂ ਦੀ CCTV 'ਚ ਆ ਰਹੇ ਨੇ ਗੁਰਦੁਆਰੇ ਦੀ 'ਚ, 5 ਮੁਲਾਜ਼ਮ ਆ ਰਹੇ ਨੇ ਜਿਹੜੇ ਚੱਕਣ ਗਏ ਆ, ਉਹ ਬਾਕੀ ਮੁਲਾਜ਼ਮਾਂ ਨੂੰ ਕਿਉਂ ਨਹੀਂ ਨਾਮਜ਼ਦ ਕਰ ਰਹੇ? ਤਾਂ ਉੱਥੇ ਇਹ ਵੀ IG ਵੱਲੋਂ ਗੱਲ ਕਹੀ ਗਈ ਕਿ ਅਸੀਂ ਜਿਹੜਾ ਉਹਦਾ ਉਹ CCTV ਅਸੀਂ ਖੰਘਾਰ ਰਹੇ ਹਾਂ, ਉਹਦੀ ਜਾਂਚ ਕਰ ਰਹੇ ਹਾਂ, ਜਿਹੜੇ ਬੰਦੇ ਆਉਣਗੇ ਅਸੀਂ ਉੱਤੇ ਪਰਚਾ ਦੇ ਦਾਂਗੇ। ਅਗਲੀ ਗੱਲ, ਜਿਹੜਾ ਮੇਨ ਦੋਸ਼ੀ ਹੈ ਉਹ ਰਣਵੀਰ, ਜਿਹੜਾ ਇੱਥੇ PCR 'ਤੇ ਫੋਨ ਕਰਦਾ, ਫੋਨ ਕਰਕੇ ਪੁਲਿਸ ਨੂੰ ਇਤਲਾਹ ਦਿੰਦਾ ਕਿ ਗੁਰਦੁਆਰੇ ਦੇ ਵਿੱਚ ਇੱਕ ਮੁੰਡਾ ਬੈਠਾ, ਉਹਦੇ ਕੋਲ ਹਥਿਆਰ ਨੇ, ਉਹ ਕੱਲ੍ਹ ਨੂੰ ਗੜਬੜ ਕਰ ਸਕਦਾ, ਉਹਨੂੰ ਵੀ ਨਾਮਜ਼ਦ ਕਰਨ ਦਾ ਇਸ ਮੁਕੱਦਮੇ 'ਚ ਹੈਗਾ। ਸੋ ਕਾਫੀ ਗੱਲਾਂ ਦੇ ਵਿੱਚ ਜਿਹੜਾ ਕੱਲ੍ਹ IG ਨੇ ਸਹਿਮਤੀ ਪ੍ਰਗਟਾਈ ਹੈ। ਅਗਲਾ ਸਾਡਾ ਸਵਾਲ ਸੀਗਾ ਕਿ ਜਿਹੜੀ ਇਹਦੀ ਜੁਡੀਸ਼ਲੀ ਇਨਕੁਆਇਰੀ ਹੋਣੀ ਚਾਹੀਦੀ ਹੈ, ਉਹ ਜਾਂਚ ਹੈ ਜਿਹੜੀ ਜੱਜ ਦੇ ਲੱਗ ਚੁੱਕੀ ਹੈ, ਉਸ ਗੱਲ 'ਤੇ ਵੀ ਉਹ ਸਹਿਮਤ ਹੋ ਚੁੱਕਿਆ, ਜਿਹੜੇ ਕਾਫੀ ਹੱਦ ਤੱਕ ਜਿਹੜਾ ਇਹ ਮਸਲਾ ਉਹ ਨੇੜੇ ਲੱਗ ਚੁੱਕਿਆ। ਹੁਣ ਜਿਹੜੀ ਗੱਲ ਅਗਲੀ ਆ ਵੀ 2-3 ਗੱਲਾਂ 'ਤੇ ਗੱਲ ਖੜੀ, ਇੱਕ ਤਾਂ ਲਾਸ਼ ਮਿਲਣੀ ਬਹੁਤ ਜ਼ਰੂਰੀ ਹੈ, ਕਿਉਂਕਿ ਲਾਸ਼ ਜੇ ਮਿਲਦੀ ਆ ਤਾਂ ਹੋਰ ਗੱਲਾਂ ਵੀ ਕਾਫੀ ਜਿਹੜੀਆਂ ਉਹਦੀ ਪੋਸਟਮਾਰਟਮ ਰਿਪੋਰਟ ਤੋਂ ਸਾਹਮਣੇ ਆ ਸਕਦੀਆਂ। ਜਿਹੜਾ ਕਿਉਂਕਿ ਜਿਹੜੀ CCTV ਅਸੀਂ ਦੇਖਦੇ ਹਾਂ, ਥੋੜ੍ਹਾ ਜਿਹਾ ਮੈਂ ਤੁਹਾਨੂੰ ਚੈਨਲ ਪਾ ਦਿੰਦਾ, ਉਹ ਮੁੰਡਾ ਅੰਦਰ ਬੰਦ ਹੁੰਦਾ, ਬੰਦ ਹੋਣ ਤੋਂ ਬਾਅਦ ਉਹ ਅੰਦਰ ਇੱਕ ਵਾਰੀ ਪੈਂਦਾ, ਪੈਣ ਤੋਂ ਬਾਅਦ ਉਹ ਮੁੰਡਾ ਫਿਰ ਦੇਖਦਾ ਕਿ ਜਦੋਂ ਪੁਲਿਸ ਵਾਲਾ ਨੂੰ ਬਾਹਰ ਆ ਕੇ ਜੰਗਲ 'ਚ ਦੇਖਦਾ ਕਿ ਉਹ ਨਹੀਂ ਦੇਖ ਰਿਹਾ, ਉਹ ਕੰਬਲ ਨੂੰ ਵੱਟ ਕੇ ਗਲ 'ਚ ਪਾ ਕੇ, ਮਤਲਬ ਕਿ ਉਹਦੇ ਨਾਲ ਲਮਕਾ ਜੰਗਲੇ ਨਾਲ ਉਹ ਕੱਢਣ ਦੀ ਕੋਸ਼ਿਸ਼ ਕਰਦਾ, ਉਹ ਨਹੀਂ ਨਿਕਲਦਾ, ਮੋਟਾ ਹੁੰਦਾ ਥੋੜ੍ਹਾ ਜਿਹਾ ਕੰਬਲ, ਫਿਰ ਉਹ ਆਪਣੇ ਇੱਥੇ ਖੂਨ ਕੱਢ ਕੇ ਉਹ ਥੁੱਕ ਵੀ ਸਿੱਟਦਾ ਖੂਨ 'ਤੇ, ਇੱਕ ਵਾਰੀ ਉਹਨੂੰ ਗਿੱਲਾ ਵੀ ਕਰਦਾ, ਉਹ ਡਿਕਰੀ ਲੈ ਕੇ ਕੋਈ ਉਹ ਡਿਕਰੀਆਂ ਲਿਖ ਰਿਹਾ, 10 ਮਿੰਟ ਲਿਖਦਾ, ਫਿਰ ਉਹ ਕੋਸ਼ਿਸ਼ ਕਰਦਾ, ਫਿਰ ਪੈ ਜਾਂਦਾ, ਫਿਰ 2 ਘੰਟਿਆਂ ਬਾਅਦ ਉੱਠਦਾ, ਫਿਰ ਉਹ ਮਤਲਬ ਕਿ ਉੱਠ ਕੇ ਉਦੋਂ ਬਾਅਦ ਕੋਸ਼ਿਸ਼ ਕਰਦਾ ਕੰਬਲ ਨੂੰ ਗਿੱਲਾ ਕਰਕੇ ਪਾੜ ਕੇ, ਗਿੱਲਾ ਕਰਕੇ ਪਾੜ ਕੇ ਛੋਟਾ ਜਿਹਾ ਕੰਬਲ ਲੈ ਕੇ ਉਹ ਪਰਲੇ ਜੰਗਲੇ ਨਾਲ ਜਾ ਕੇ ਮਤਲਬ ਕਿ ਖੁਦਕੁਸ਼ੀ ਕਰਦਾ, ਉਹ ਨਹੀਂ ਕੈਮਰੇ 'ਚ ਆ ਰਿਹਾ।
ਜਿਹੜੀ ਗੱਲ ਹਾਲੇ ਵੀ ਸ਼ੱਕ ਦੇ ਘੇਰੇ 'ਚ ਆਉਂਦੀ ਹੈ ਕਿ ਉਹ ਕੈਮਰੇ 'ਚ ਨਹੀਂ ਆ ਰਿਹਾ, ਕੈਮਰੇ ਦੇ ਵਿੱਚੋਂ ਕੈਮਰੇ ਦੇ ਪਾਸੇ ਮਤਲਬ ਕਿ ਉਹ ਖੁਦਕੁਸ਼ੀ ਕਰਦਾ। ਉਦੋਂ ਬਾਅਦ ਨਰਿੰਦਰ ਆਉਂਦਾ ਜਿਹੜਾ ਇੰਚਾਰਜ ਸੀ, ਨਰਿੰਦਰ ਆ ਕੇ ਜਦੋਂ ਲਾਸ਼ ਨੂੰ ਬਾਹਰ ਕੱਢਦੇ ਉਦੋਂ ਕੈਮਰੇ ਦੇ ਉੱਤੇ ਪਰਦਾ ਪਾ ਦਿੱਤਾ ਜਾਂਦਾ। ਸੋ ਇਹ ਗੱਲ ਜਿਹੜੀ ਜਿਹੜੀ ਮੈਂ ਦੇਖੋ ਐਕਸ਼ਨ ਕਮੇਟੀ ਕੀ ਹੈ ਅਤੇ ਆਪਣਾ ਪੱਖ ਰੱਖਦੀ ਹੈ, ਨਹੀਂ ਉਹ ਨਹੀਂ ਦਿਖਾਇਆ ਜਾਂਦਾ, ਅੰਦਰ ਆਉਂਦੇ ਦਿਖਾਇਆ ਜਾਂਦਾ, ਉਦੋਂ ਬਾਅਦ ਕੈਮਰੇ 'ਤੇ ਪਰਦਾ ਪਾ ਦਿੱਤਾ ਜਾਂਦਾ। ਕਮੇਟੀ ਹੈ, ਐਕਸ਼ਨ ਕਮੇਟੀ ਬਣੀ ਆ, ਉਹ ਆਪਣਾ ਕੀ ਪੱਖ ਰੱਖਦੀ ਆ ਉਹ ਇੱਕ ਵੱਖਰੀ ਗੱਲ ਹੈ। ਮੇਰਾ ਨਿੱਜੀ, ਮੈਂ ਜਿਹੜੇ ਹਾਲਾਤ ਦੇਖੇ CCTV ਤੋਂ, ਮੈਨੂੰ ਜਿਹੜਾ ਨਜ਼ਰ ਆਇਆ ਉਹ ਇਹੀ ਨਜ਼ਰ ਆਉਂਦਾ ਕਿ ਉਹਨੇ ਖੁਦਕੁਸ਼ੀ ਕੀਤੀ ਆ। ਪਰ ਜੇ ਖੁਦਕੁਸ਼ੀ ਕਰ ਲਈ ਆਪਾਂ ਠੀਕ ਆ ਮੰਨਦੇ ਹਾਂ, ਕਿਹੜੇ ਹੋ ਸਕਦਾ ਪੁਲਿਸ ਨੇ ਕੋਈ ਪ੍ਰੈਸ਼ਰ ਪਾਇਆ ਹੋਣਾ, ਉਹਨੂੰ ਡਰਾਇਆ ਹੋਣਾ ਵੀ ਤੜਕੇ ਤੈਨੂੰ ਪਾੜਾਂਗੇ, ਕੁੱਟਾਂਗੇ, ਜਾਂ ਤੇਰੇ 'ਤੇ ਕੋਈ ਚਿੱਟੇ ਦਾ ਕੋਈ ਇਸ ਤਰ੍ਹਾਂ ਨਜਾਇਜ਼ ਮੁਕੱਦਮਾ ਦੇਵਾਂਗੇ, ਉਹ ਪ੍ਰੈਸ਼ਰ 'ਚ ਖੁਦਕੁਸ਼ੀ ਕਰ ਗਿਆ। ਇਹ ਗੱਲਾਂ ਸਾਹਮਣੇ ਆਉਣਗੀਆਂ ਜਦੋਂ ਇੱਕ ਜੁਡੀਸ਼ਲੀ ਜਾਂਚ ਹੋਊਗੀ, ਉਹ ਜਾਂਚ ਦੇ ਦਾਇਰੇ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨਾਮਜ਼ਦ ਕੀਤੇ ਗਏ ਆ ਉਹਨਾਂ ਦੀ ਜਿਹੜੀ ਪੁੱਛਗਿੱਛ ਦੇ ਵਿੱਚ ਗੱਲਾਂ ਸਾਹਮਣੇ ਆਉਣਗੀਆਂ ਕਿ ਕੀ ਉਹਨੇ ਪੁਲਿਸ ਨੇ ਪ੍ਰੈਸ਼ਰ ਪਾ ਕੇ ਤਾਂ ਨਹੀਂ, ਡਰਾ ਤਾਂ ਨਹੀਂ ਇੰਨਾ ਦਿੱਤਾ ਸੀ ਕਿ ਉਹ ਖੁਦਕੁਸ਼ੀ ਕਰ ਗਿਆ। ਸੋ ਇਹ ਗੱਲਾਂ ਜਿਹੜੀਆਂ ਹੁਣ ਤੱਕ ਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ, ਅਤੇ ਅੱਜ ਜਿਹੜਾ ਸੰਘਰਸ਼ ਹੈ ਇਹ ਵੱਡੀ ਗਿਣਤੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਲੋਕ ਜਿਹੜੇ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ, ਜਸਪਾਲ ਨੂੰ ਇਨਸਾਫ ਦਿਵਾਉਣ ਲਈ ਅੱਜ ਪੰਜਾਬ ਦੇ ਨਹੀਂ, ਮੈਨੂੰ ਲੱਗਦਾ ਰਾਜਸਥਾਨ, ਹਰਿਆਣੇ 'ਚੋਂ ਵੀ ਚੱਲ ਕੇ ਇੱਥੇ ਲੋਕ ਆਏ ਨੇ, ਜਿਹੜੇ ਹਮਦਰਦੀ 'ਚ ਆਏ ਨੇ, ਇਨਸਾਨੀਅਤ ਰੱਖਦੇ ਨੇ ਉਹ ਆਏ ਨੇ। ਕੋਈ 10 ਦਿਨ ਪਹਿਲਾਂ 19 ਮਈ ਨੂੰ ਜਸਪਾਲ ਸਿੰਘ ਨਾਮ ਦੇ ਇੱਕ ਨੌਜਵਾਨ ਦੀ ਸਾਡੇ CI ਸਟਾਫ ਦੇ ਵਿੱਚ ਬੜਾ ਅਨਫੋਰਚੁਨੇਟ ਤਰੀਕੇ ਨਾਲ ਕਸਟੋਡੀਅਲ ਡੈਥ ਹੋ ਗਈ ਹੈ, ਉਸਨੇ ਫਾਹ ਲੈ ਲਿਆ ਸੀਗਾ। ਉਸ ਸੰਬੰਧ ਦੇ ਵਿੱਚ FIR ਦਰਜ ਕਰਕੇ ਲੋਕਲ ਪੁਲਿਸ ਨੇ ਇੱਕ ਸਿੱਟ ਬਣਾ ਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ। SSP ਫਰੀਦਕੋਟ ਨੇ ਲੋਕਲ SP ਸਾਹਿਬਾਨ ਅਤੇ 2 DSP ਸਾਹਿਬ ਦੇ ਨਾਲ ਸਿੱਟ ਬਣਾ ਕੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਸੀ। ਉਸ ਇਨਵੈਸਟੀਗੇਸ਼ਨ ਦੇ ਲੋਕਾਂ ਨੂੰ ਕੋਈ ਕੌਨਫੀਡੈਂਸ ਨਹੀਂ ਸੀ, ਪਰਿਵਾਰ ਦੇ ਮੈਂਬਰ ਜਾਂ ਕੁਛ ਫਰੀਦਕੋਟ ਸ਼ਹਿਰ ਦੇ ਸ਼ਹਿਰੀ ਇੱਕ ਐਕਸ਼ਨ ਕਮੇਟੀ ਬਣਾ ਕੇ ਧਰਨੇ 'ਤੇ ਬੈਠੇ ਹੋਏ ਸੀਗੇ। ਇਸ ਚੀਜ਼ ਨੂੰ ਸੀਰੀਅਸਨੈਸ ਲੈਂਦੇ ਹੋਏ ਸਾਡੇ ਮਾਣਯੋਗ DGP ਸਾਹਿਬ ਨੇ ਇੱਕ ਸਿੱਟ ਕੰਸਟੀਚਿਊਟ ਕੀਤੀ ਹੈ, ਉਹਦੇ 'ਤੇ ਮੈਂ IG ਫਿਰੋਜ਼ਪੁਰ, ਮੇਰੀ ਰੇਂਜ ਥੱਲੇ ਜ਼ਿਲ੍ਹਾ ਆਉਂਦਾ, ਮੇਰੇ ਨਾਲ 2 SSP ਸਾਹਿਬਾਨ ਲੋਕਲ, SSP ਫਰੀਦਕੋਟ ਅਤੇ SSP ਮੁਕਤਸਰ, ਨਾਲ ਸਾਡੇ SP ਹੈੱਡਕੁਆਰਟਰ ਨੇ ਭੁਪਿੰਦਰ ਸਿੰਘ, ਇਹ 4 ਮੈਂਬਰ ਸੀ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਕੰਸਟੀਟਿਊਟ ਕੀਤੀ ਹੈ। ਇਸ ਟੀਮ ਦਾ ਪਰਪਸ ਹੈ ਕਿ ਬੜੀ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕੀਤੀ ਜਾਵੇ। ਅਸੀਂ ਫੈਮਿਲੀ ਮੈਂਬਰਸ ਨੂੰ ਨਾਲ ਐਸੋਸੀਏਟ ਕਰਾਂਗੇ, ਜਿਹੜੀ ਕਿ ਐਕਸ਼ਨ ਕਮੇਟੀ ਦੇ ਮੈਂਬਰ ਸਾਹਿਬਾਨ ਨੇ, ਜੇਕਰ ਆਪਣਾ ਲਾਇਰਸ ਨਾਲ ਦੇਣਾ ਚਾਹੁਣ, ਅਸੀਂ ਬੜੀ ਪਾਰਦਰਸ਼ੀ ਤਰੀਕੇ ਦੇ ਨਾਲ ਇਸ ਕੇਸ ਦੇ ਸਾਰੇ ਪਹਿਲੂਆਂ ਦੇ ਉੱਪਰ ਜਾ ਕੇ ਮੌਕੇ ਦੇ CN ਆਫ ਕ੍ਰਾਈਮ ਵਿਜ਼ਿਟ ਕਰਕੇ ਜੋ ਵੀ ਇਸ ਕੇਸ ਦੇ ਵਿੱਚ ਸੰਬੰਧਿਤ ਹੂਸਵੈਵਰ ਵੀ ਇਨਵੋਲਵਡ ਹੈ ਉਹ ਅਰੈਸਟ ਕਰਾਂਗੇ ਔਰ ਚਾਰਜਸ਼ੀਟ ਸਬਮਿਟ ਕਰਾਂਗੇ। ਸੈਕੰਡਲੀ, ਜਿਹੜੀ ਡੈਡ ਬੋਡੀ ਹੁਣ ਤੱਕ ਨਹੀਂ ਮਿਲੀ, ਉਸੇ ਸੰਬੰਧ ਦੇ ਵਿੱਚ ਅਸੀਂ NDRF ਦੇ ਡਾਈਵਰਸ ਮੰਗਵਾਏ ਨੇ, ਉਸ ਨਾਲ ਕੁਛ ਪ੍ਰਾਈਵੇਟ ਡਾਈਵਰਸ ਨੂੰ ਅਸੀਂ ਸਪੈਸ਼ਲ ਪੇਮੈਂਟ ਕਰਕੇ ਜਿਸ ਜਗ੍ਹਾ 'ਤੇ ਲੋਕੇਟ ਹੋਈ ਹੈ, ਜਗ੍ਹਾ 'ਤੇ ਡੈਡ ਬੋਡੀ ਸੁੱਟੀ ਗਈ ਹੈ, ਉੱਥੋਂ 400-500 ਮੀਟਰ ਦੇ ਘੇਰੇ ਦੇ ਅੰਦਰ ਸਾਡੀ ਕੋਸ਼ਿਸ਼ ਹੈ ਕਿ ਈਵਨ ਜਸਪਾਲ ਸਿੰਘ ਦੇ ਫੈਮਿਲੀ ਮੈਂਬਰਸ ਵੀ ਨਾਲ ਸਾਡੇ ਆ ਜਾਣ, ਅਸੀਂ ਐਫਰਟਸ ਕਰਕੇ ਉਹ ਜਿਹੜੀ ਡੈਡ ਬੋਡੀ ਹੈ ਉਸ ਨੂੰ ਲੋਕੇਟ ਕਰਨਾ ਚਾਹੁੰਦੇ ਹਾਂ। ਡੈਡ ਬੋਡੀ ਲੋਕੇਟ ਹੋ ਜਾਂਦੀ ਹੈ ਉਸ ਦਾ ਪੋਸਟਮਾਰਟਮ ਹੋਏਗਾ, ਕਾਜ਼ ਆਫ ਡੈਥ ਜਿਹੜਾ ਸਾਨੂੰ ਮਿਲੇਗਾ ਹੋਰ, ਉਸ ਨਾਲ ਮੇਰੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਹੈਲਪ ਹੋਏਗੀ ਔਰ ਪਰਿਵਾਰ ਨੂੰ ਉਸਦੀ ਜਿਹੜੀ ਅੰਤਿਮ ਕਿਰਿਆ ਸਾਰੀਆਂ ਰਸਮਾਂ ਉਹ ਕੰਪਲੀਟ ਕਰਨ ਦੇ ਵਿੱਚ ਹੈਲਪ ਹੋਏਗੀ। ਮੈਂ ਮੀਡੀਆ ਦੇ ਮਾਧਿਅਮ ਦੇ ਰਾਹੀਂ ਪਰਿਵਾਰ ਨੂੰ ਔਰ ਐਕਸ਼ਨ ਕਮੇਟੀ ਇਹਨਾਂ ਨੂੰ ਰਿਕੁਐਸਟ ਕਰਦਾ ਕਿ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਸਿੱਟ ਦਾ ਸਹਿਯੋਗ ਦਿਓ ਅਤੇ ਆਪਣਾ ਜਿਹੜਾ ਧਰਨਾ ਇੱਥੋਂ ਚੁੱਕੋ, ਤੁਸੀਂ ਇਸ ਚੀਜ਼ ਨੂੰ ਸਾਨੂੰ ਸਮਾਂ ਦਿਓ, ਸਾਨੂੰ ਅਸਿਸਟ ਕਰੋ ਸੋ ਦੈਟ ਅਸੀਂ ਇਸ ਕੇਸ ਦੇ ਵਿੱਚ ਸੱਚਾਈ ਬਾਹਰ ਕੱਢ ਕੇ ਲੋਕਾਂ ਦਾ ਵਿਸ਼ਵਾਸ ਬਣਾ ਸਕੀਏ। ਧੰਨਵਾਦ। ਰਿਸਪੈਕਟ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਡਿਸਟ੍ਰਿਕਟ ਪੁਲਿਸ ਫਰੀਦਕੋਟ ਨੇ ਇੱਕ ਲੈਟਰ ਲਿਖ ਕੇ ਸੈਸ਼ਨ ਜੱਜ ਫਰੀਦਕੋਟ ਨੂੰ ਰਿਕੁਐਸਟ ਕੀਤੀ ਹੈ ਕਿ ਇਸ ਕੇਸ ਦੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਜਾਵੇ। ਤਾਂ ਸੈਸ਼ਨ ਜੱਜ ਸਾਹਿਬ ਨੇ CGM ਲੋਕਲ ਨੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਹੈ ਔਰ ਉਹਨਾਂ ਨੇ ਆਪਣੀ ਜੁਡੀਸ਼ੀਅਲ ਇਨਕੁਆਇਰੀ ਵੀ ਸਟਾਰਟ ਕਰ ਦਿੱਤੀ ਹੈ। ਸੋ ਪਲੀਜ਼ ਕਿਸੇ ਚੀਜ਼ 'ਤੇ ਪਰਦਾ ਨਾ ਪਾਉਣਾ ਚਾਹੁੰਦੀ, ਅਸੀਂ ਹਰ ਚੀਜ਼ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਵੀ ਕੰਪਲੀਟ ਹੋ ਜਾਏਗੀ, ਸਿੱਟ ਵੀ ਨਾਲ ਪੈਰਲਲ ਆਪਣਾ ਇਨਵੈਸਟੀਗੇਸ਼ਨ ਦੇਖ ਰਹੀ ਹੈ। ਥੈਂਕ ਯੂ। ਰੱਤੀ ਰੋਡੀ 'ਤੇ ਚੁੱਕਿਆ ਗਿਆ ਰਾਤ ਦੇ 11 ਵਜੇ, ਰਵੀਰ ਸਿੰਘ ਦਾ ਫੋਨ ਆਇਆ ਰਾਤ ਦੇ 11 ਵਜੇ ਚੱਕਿਆ ਗਿਆ ਅਤੇ ਉਦੋਂ ਬਾਅਦ ਤੜਕੇ ਅਸੀਂ ਆਏ ਹਾਂ ਅਤੇ ਕਹਿੰਦੇ ਨਿਹੰਗ ਲੈ ਗਿਆ। ਵੇਖੋ ਹੁਣ ਕੀ ਕਸੂਰ, ਕਹਿੰਦੇ ਵੀ ਉਹਦੇ ਕੋਲ ਅਸਲਾ ਹੈ, ਤਿੰਨਾਂ ਬੰਦਿਆਂ ਦਾ ਨਾਂ ਲਿਖਿਆ ਵੀ ਅਸਲਾ ਹੈ, ਇੱਕ ਫਿਰ ਅਸੀਂ ਉਹੀ ਆਉਂਦੇ ਹਾਂ ਵੀ ਜਸ ਕਿਉਂ ਇਕੱਲਾ ਚੱਕਿਆ ਗਿਆ।
ਅਸਲਾ ਤਾਂ ਮਿਲਿਆ ਨਹੀਂ, ਖੁਦ ਮੰਨ ਰਹੀ ਹੈ ਕਿ ਅਸਲਾ ਨਹੀਂ ਮਿਲਿਆ, ਫਿਰ ਵੀ ਉਸ ਨੂੰ ਹਵਾਲਾ ਚ ਰਾਤ ਨੂੰ ਚੱਕਿਆ ਗਿਆ। ਹਾਂ ਵੀ ਉਹ ਕਾਹਦੇ ਵਾਸਤੇ ਦਿੱਤਾ ਗਿਆ, ਫਿਰ ਫਿਰ ਪੁਲਿਸ ਜ਼ਿੰਮੇਵਾਰ ਹੈ ਇਸ ਚੀਜ਼ ਦੀ। ਅਜੇ ਕੀ ਹਾਲਾਤ ਬਣੇ ਹੋਣਗੇ, ਜਿੱਦਾਂ ਕਿ ਪੁਲਿਸ ਕਹਿ ਰਹੀ ਹੈ ਕਿ ਤੁਹਾਡੇ ਬੱਚੇ ਨੇ ਜਿਹੜਾ ਸੁਸਾਈਡ ਕੀਤਾ, ਖੁਦ ਨੂੰ ਫੰਦਾ ਲਾਇਆ, ਕੀ ਹਾਲਾਤ ਹੈ ਜੇ ਬਣੇ ਹੋਣਗੇ ਕਿ ਬੱਚੇ ਨੂੰ ਜਿਹੜਾ? ਉਹ ਤਾਂ ਲਾਇਆ ਹੀ ਨੀਗਾ ਉਹਨੇ, ਉਹ ਤਾਂ ਸਭ ਝੂਠ ਹੀ ਆ ਕੀਤੀ ਜਾਂਦੀ। ਪੁਲਿਸ ਇਸ ਗੱਲ ਨੂੰ ਲੁਕੋ ਰਹੀ ਹੈ? ਹਾਂਜੀ ਲੁਕੋ ਰਹੀ ਹੈ। ਕੀ ਮੰਨਦੇ ਤੁਸੀਂ, ਕੀ ਬੀਤੀ ਹੈਗੀ ਹੁਣ ਅਸੀਂ ਕੀ ਦੱਸੀਏ ਜਸਪਾਲ ਤੇ, ਉਸ ਟਾਈਮ ਤੇ ਕੀ ਬੀਤੀ ਆ, ਜੋ ਕੀਤਾ ਕਤਲ ਹੀ ਕੀਤਾ। ਤੁਹਾਨੂੰ ਲੱਗਦਾ ਕਿ ਜਸਪਾਲ ਇਹ ਜਿਹਾ ਕਦਮ ਚੱਕ ਸਕਦਾ ਸੀਗਾ ਜਿਸ ਤਰ੍ਹਾਂ ਪੁਲਿਸ ਕਹਿੰਦੀ ਕਿ ਉਸਨੇ ਸੁਸਾਈਡ ਕੀਤਾ? ਨਾ ਜੀ ਸਾਨੂੰ ਨਹੀਂ ਲੱਗਦਾ। ਮਤਲਬ ਇੱਕ ਨਾਲ ਦੇ ਜਿਹੜੇ ਬੰਦਿਆਂ ਦੇ ਵਿੱਚ ਜਿਹੜੀ ਸ਼ੱਕ ਦੱਸੀ ਜਾਂਦੀ ਹੈ, ਇਹਦਾ ਖਾਸ ਦੋਸਤ ਸੀ ਰਣਵੀਰ ਸਿੰਘ ਜਿਸਨੇ ਫੋਨ ਕਰਕੇ ਪੁਲਿਸ ਨੂੰ ਇਤਲਾਹ ਦਿੱਤੀ, ਜਿਸ ਤੋਂ ਬਾਅਦ ਪੁਲਿਸ ਚੱਕਦੀ ਹੈ, ਕੀ ਹੈ ਜੀ ਇਹਨਾਂ ਦੇ ਆਪਸ ਵਿੱਚ ਕੀ ਰਿਲੇਸ਼ਨ ਸੀ, ਉਹ ਕੀ ਹੈ ਜੀ ਗੱਲ ਹੋਈ ਕਿ ਜਿਸ ਤੋਂ ਬਾਅਦ ਇਹਨਾਂ ਨੇ? ਪਹਿਲਾਂ ਇਹ ਚੰਡੀਗੜ੍ਹ ਰਹਿੰਦਾ ਸੀ, ਟੇਬਲ ਟੈਕਸ ਤੇ ਲੱਗਾ ਸੀ, ਸਾਲ ਲੱਗਾ ਰਿਹਾ, ਉੱਥੇ ਇਹਨਾਂ ਦੀ ਯਾਰੀ ਦੋਸਤੀ ਸੀ, ਉਸ ਤੋਂ ਬਾਅਦ ਉਹਨਾਂ ਨੇ ਰਿਸ਼ਤਾ ਕਰਾਤਾ ਜਸਪਾਲ ਨੂੰ, ਵੀ ਗੱਲ ਕਰਦੇ ਰਹੇ, ਸਹਿਮਤ ਸੀ ਸਾਡੇ ਨਾਲ, ਕੁੜੀ ਵੀ ਸਹਿਮਤ ਸੀ। ਉਦੋਂ ਬਾਅਦ ਜਿਹੜੀ ਕੁੜੀ ਦਾ ਡੈਡੀ ਹੈੜੀ ਸੀ, ਉਹਨਾਂ ਦੀ ਮਾਂ ਨਾਲ ਇਹਨੇ ਆਪਦਾ ਵਿਆਹ ਕਰਵਾ ਲਿਆ। ਹਾਂਜੀ ਉਦੋਂ ਬਾਅਦ ਇਹ ਬੇਈਮਾਨ ਹੋ ਗਿਆ। ਹਾਂਜੀ ਉਸ ਤੋਂ ਬਾਅਦ ਵੀ ਤੁਹਾਨੂੰ ਕੋਈ ਲੱਗਦਾ ਹੈ ਵੀ ਉਸ ਤੋਂ ਪਹਿਲਾਂ ਕਿਤੇ ਇਹਨੇ ਕੋਈ ਧਮਕੀਆਂ ਦਿੱਤੀਆਂ ਹੋਣੀਆਂ ਜਸਪਾਲ ਨਾਲ ਕੋਈ ਆਉਂਦੀ ਤੂੰ ਤੂੰ ਮੈਨੂੰ ਹੋਈ ਹੋਈ? ਉਹ ਨਹੀਂ ਸਾਨੂੰ ਨਹੀਂ ਪਤਾ, ਤੁਹਾਨੂੰ ਇਸ ਤੋਂ ਪਹਿਲਾਂ ਕੋਈ ਪਤਾ ਨਹੀਂ ਸੀ ਇਸ ਤੋਂ ਪਹਿਲਾਂ ਕੀ ਹੋਈ ਸੀ ਇਹਨਾਂ ਦੇ ਆਪਸ ਵਿੱਚ ਕੋਈ ਗੱਲ ਹੋਈ ਸੀ? ਨਾ ਉਹਦਾ ਨਹੀਂ ਪਤਾ ਸਾਨੂੰ ਕੀ ਗੱਲ ਹੋਈ। ਹੁਣ ਇੰਨੇ ਦਿਨ ਹੋ ਗਏ ਪੁਲਿਸ ਨੇ ਲਾਸ਼ ਨੂੰ ਖੁਰਦ ਬੁਰਦ ਕਰਤਾ, ਨਹਿਰ 'ਚ ਸੁੱਟਾ, ਜਾਂਚ ਵੀ ਸਾਹਮਣੇ ਆ ਗਿਆ, ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ ਪਰਿਵਾਰ ਨਾਲ, ਨੌਜਵਾਨ ਬੱਚੇ ਨੂੰ ਜਿਹੜਾ? ਹੁਣ ਸਾਡੇ ਕੋਲ ਤਾਂ ਧੱਕਾ ਹੀ ਆ, ਪੁਲਿਸ ਨੇ ਧੱਕਾ ਕੀਤਾ ਸੀ ਤਾਂ ਪੁਲਿਸ ਨੂੰ ਕਹਾਂਗੇ, ਜਦੋਂ ਸਾਡਾ ਬੇਟਾ ਪੁਲਿਸ ਨੇ ਚੱਕ ਕੇ ਲਿਆਂਦਾ, ਪੁਲਿਸ ਹੀ ਦੋਸ਼ੀ ਹੈ। ਨਹਿਰ 'ਚ ਸੁੱਟਿਆ, ਅੱਜ ਘੱਟੋ ਘੱਟ 10 ਦਿਨ ਦੇ ਕਰੀਬ ਹੋ ਗਏ ਹੈ, ਲਾਸ਼ ਨਹੀਂ ਲੱਭ ਰਹੀ। ਹਾਂਜੀ ਕੀ ਪਰਿਵਾਰ? ਅਸੀਂ ਤਾਂ ਇਹੀ ਕਹਿਣਾ ਵੀ ਸਾਡੇ ਬੱਚੇ ਦੀ ਸਾਨੂੰ ਲੱਜੇ, ਜਿਉਂਦਾ ਨਹੀਂ ਦੇਣਾ, ਸਾਡੀ ਲਾਸ਼ ਹੀ ਦਿੱਤੀ ਜਾਵੇ ਸਾਡੇ ਬੱਚੇ ਦੀ, ਤੇ ਅਸੀਂ ਲੈ ਕੇ ਘਰੇ ਚਲੇ ਜਾਈਏ, ਤੇ ਜਿਹੜੇ ਉਹਦੇ ਦੋਸ਼ੀ ਉਹਨੇ ਸਜ਼ਾ ਦਿੱਤੀ ਜਾਵੇ। ਆਈਜੀ ਸਾਹਿਬ ਨਾਲ ਤੁਹਾਡੇ ਪਰਿਵਾਰ ਦੀ ਮੀਟਿੰਗ ਹੋਈ ਸੀ, ਵਿਸ਼ਵਾਸਨ ਦੇ ਕੇ ਅਜੇ ਕੁਛ ਨਹੀਂ ਹੈਗਾ। ਕੱਲ ਕੋਈ ਪਰਿਵਾਰ ਨੂੰ CCTV ਦਿਖਾਈ ਸੀਗੀ ਜਿਸ ਵਿੱਚ ਦੱਸਿਆ ਗਿਆ ਕਿ ਇਹਨੇ ਸੁਸਾਈਡ ਖੁਦ ਕੀਤਾ, ਰੱਸੀ ਜਿਹੜੀ ਚਾਦਰ ਨੂੰ ਰੱਸੀ ਬਣਾ ਕੇ, ਤੁਸੀਂ ਮੰਨਦੇ ਸੰਤੁਸ਼ਟ ਉਸ CCTV ਤੋਂ? ਉਹ ਕੋਈ ਇਸ਼ਾਰਿਆਂ ਨਾਲ ਉਹਨੂੰ ਕਰਵਾਉਣ ਡਿਆ, ਉਸ ਤਰ੍ਹਾਂ ਉਹ ਨਹੀਂ ਕਰਦੇ। ਤੁਸੀਂ ਨਹੀਂ ਮੰਨਦੇ ਕਿ ਨਾ ਅਸੀਂ ਨਹੀਂ ਮੰਨਦੇ ਇਹ ਜਾਂ ਕਦਮ ਚੱਕਿਆ? ਨਾ ਜੀ ਆਪ ਨਹੀਂ ਲਈ ਉਸ ਕਿਸੇ ਪਾਸੇ ਦਾ ਜਾ ਕੇ ਫਾਸੀ ਉਹਨੂੰ ਦਿੱਤੀ ਤਾਂ ਭਾਵੇਂ ਗਈ ਹੋਵੇ, ਪਰ ਉਹਨੇ ਆਪ ਨਹੀਂ ਕੀਤੀ ਖੁਦਕੁਸ਼ੀ। ਅੱਜ ਜਿਹੜਾ ਵੱਡਾ ਇਕੱਠ ਹੈ, ਲੋਕਾਂ ਦੇ ਜਿਹੜਾ ਗੁੱਸਾ ਹੈ, ਲੋਕਾਂ 'ਚ ਰੋਸ਼ ਹੈ ਜਸਪਾਲ ਦੀ ਮੌਤ ਨੂੰ ਲੈ ਕੇ, ਔਰ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੁੱਧ, ਕਿੰਨੇ ਲੋਕ ਜਿਹੜੇ ਅੱਜ ਇਹ ਪਰਿਵਾਰ ਨਾਲ ਜੁੜੇ ਹੋਏ ਹਨ, ਤੁਹਾਨੂੰ ਲੱਗਦਾ ਕਿ ਹੁਣ ਕਿਤੇ ਇਨਸਾਫ ਮਿਲ ਸਕੇਗਾ ਜਾਂ ਤੁਹਾਡੇ ਪੁੱਤਰ ਨੂੰ? ਲੈ ਕੇ ਜਾਵਾਂਗੇ, ਜਿੰਨਾ ਚਿਰ ਵੀ ਸਾਥੋਂ ਬੈਠਾ ਗਿਆ ਉਹਨਾਂ ਚਿਰ ਅਸੀਂ ਬਵਾਂਗੇ, ਲੈ ਕੇ ਜਾਵਾਂਗੇ ਇਨਸਾਫ, ਅੱਜ ਸਾਨੂੰ 10 ਦਿਨ ਹੋ ਜਾਏ। ਹਾਂ ਪਰਿਵਾਰ ਵਿੱਚ ਹੁਣ ਕਿਸ ਤਰ੍ਹਾਂ ਦਾ ਹਾਲਤ ਹੈ, ਉਹਨੇ ਮਾਂ ਭਰਾ ਦੀ ਪਿਓ ਦੀ ਹਾਲਤਾਂ ਤਾਂ ਤੁਹਾਨੂੰ ਪਤਾ ਹੀ, ਹੁਣ ਜਿਹੜੀਆਂ ਚੱਲੀ ਜਾਂਦੀਆਂ ਮਾੜੇ ਹਾਲਤਾਂ 'ਚ ਬੈਠੇ, ਹੁਣ ਕੀ ਕਰੀਏ, ਹੁਣ